ਸਵਾਰੀਆਂ ਨੂੰ ਕਹੋ ਵੀ ਹਫਤੇ ਬਾਅਦ ਸਾਡਾ ਕੰਮ ਕਰ ਦੋ ਜੀ ਮੈਂ ਕਿਹਾ ਤੁਸੀਂ ਦੇਖਦੇ ਜਾਓ ਅਸੀਂ ਲਿਮਟਾਂ ਬੜੀਆਂ ਬਣਾਉਣੀਆਂ ਕਿੱਧਰ ਨੂੰ ਜਾਈਏ ਜੀ ਅਸੀਂ ਕੋਈ ਬੰਦਿਆਂ ਦੀ ਹੋਰ ਦੀ ਡਿਊਟੀ ਲਾ ਜੇ ਹਫਤੇ ਬਾਅਦ ਸਾਨੂੰ ਪਟਵਾਰੀ ਇਹੀ ਕਰ ਦਵੇ ਸਾਡਾ ਹਫਤੇ ਬਾਅਦ ਇਹ ਕਰ ਦਵੇ ਮਹੀਨੇ ਬਾਅਦ ਉਹ ਕਰੇ ਜੀ ਨਹੀਂ ਨਹੀਂ ਕੋਈ ਅਸੀਂ ਅਸੀਂ ਇੰਨੇ ਦੁਖੀ ਹੋਏ ਇਹ ਸਾਨੂੰ ਦੇਖ ਕੇ ਕਰੋ ਪਟਵਾਰੀਆਂ ਸਿੱਧੇ ਹੋ ਜਾਣ ਤੁਸੀਂ ਦੇਖ ਥੋੜੇ ਜਿਹਾ ਸਾਡੇ ਬੱਚਿਆਂ ਦਾ ਕੰਮ ਆ ਜੀ ਹੁਣ ਬਖਰ ਦਾ ਕੀ ਕਰੀਏ ਜੀ ਤੁਹਾਨੂੰ ਦਾਖਲਾ ਨਹੀਂ ਮਿਲਣਾ ਤੇ ਨੰਬਰ ਲੈ ਲਿਆ ਬਹੁਤ ਤੁਸੀਂ ਵੀ ਨੰਬਰ ਦੇ ਦਿਓ ਸਾਡੇ ਹਿਮਾਂਸ਼ੂ ਜੈਨ ਜੀ ਅਫਸਰ ਨੇ ਇਹ ਆਪਣੇ ਘਰ ਦੇ ਇਹਨਾਂ ਦੀ ਡਿਊਟੀ ਹੈ ਤੁਹਾਨੂੰ ਘਰੇ ਬੁਲਾਉਂਦੇ ਹਾਂ ਐਸੇ ਹਫ਼ਤੇ ਹੋ ਸਕਦਾ ਹੈ ਪੰਜ ਤਰੀਕ ਨੂੰ ਹੋ ਸਕਦਾ ਅੱਠ ਛੇ ਤੇ ਸੱਤ ਨਾਲ ਬਿਜ਼ੀ ਹਾਂ ਤੁਸੀਂ ਆਓ ਜੋ ਵੀ ਤੁਹਾਡੇ ਸੁਝਾਅ ਇਲਾਕੇ ਲਈ ਤੁਹਾਡੇ ਕੋਈ ਸ਼ਿਕਵੇ ਜਾਂ ਸ਼ਿਕਾਇਤਾਂ ਸ਼ਰਮਤ ਠੀਕ ਹੈ ਮਾਨ ਸਾਹਿਬ ਲਾਣੇ ਦਾ ਨਾ ਮੈਂ ਤੁਹਾਡਾ ਜੇ ਮੈਂ ਪਰਿਵਾਰ ਦੀ ਨਹੀਂ ਸੁਣੂੰਗਾ ਫਿਰ ਮੈਂ ਕਾਹਦਾ ਲਾਣੇ ਦਾ ਜਦੋਂ ਮਰਜ਼ੀ ਆਓ ਘਰੇ ਬਹਿ ਕੇ ਦੱਸ ਦਿੱਲੀ ਕੁਛ ਵੀ ਨਹੀਂ ਛੱਡਿਆ ਹੁਣ ਇੰਨਾ ਧੱਕਾ ਹੋ ਰਿਹਾ ਤੁਸੀਂ ਆਓ ਤੁਸੀਂ ਮੇਰੇ ਕੋਲ ਘਰੇ ਪਟਵਾਰੀਆਂ ਨੂੰ ਕਹੋ ਵੀ ਹਫ਼ਤੇ ਬਾਅਦ ਸਾਡਾ ਕੰਮ ਕਰ ਦੋ ਜੀ ਮੈਂ ਕਿਹਾ ਤੁਸੀਂ ਦੇਖਦੇ ਜਾਓ ਆ ਦੇਖ ਲਓ ਸਾਡੇ ਕੋਲ ਕਾਗਜ਼ ਆ ਜੀ ਅਸੀਂ ਬੈਂਕ ਤੇ ਅਸੀਂ ਬੈਂਕ ਤੇ ਕਲੀਅਰ ਕਰਨੀ ਆ ਜੀ ਅਸੀਂ ਬੱਚਿਆਂ ਨੂੰ ਬਾਹਰ ਨੂੰ ਭੇਜਣਾ ਸੀ ਸਾਡਾ ਵਿੱਚੇ ਫਸਿਆ ਪਿਆ ਕੰਮ ਆ ਦੇਖੋ ਅਸੀਂ ਲਿਮਟਾਂ ਬੜੀਆਂ ਬਣਾਉਣੀਆਂ ਕਿੱਧਰ ਨੂੰ ਜਾਈਏ ਜੀ ਅਸੀਂ ਕੋਈ ਬੰਦਿਆਂ ਦੀ ਹੋਰ ਦੀ ਡਿਊਟੀ ਲਾ ਜੇ ਹਫ਼ਤੇ ਬਾਅਦ ਤੋਂ ਸਾਨੂੰ ਪਟਵਾਰੀ ਇਹੀ ਕਰ ਦਵੇ ਸਾਡਾ ਹਫ਼ਤੇ ਬਾਅਦ ਉਹ ਕਰ ਦਵੇ ਮਹੀਨੇ ਬਾਅਦ ਉਹ ਕਰੇ ਜੀ ਨਹੀਂ ਨਹੀਂ ਕੋਈ ਅਸੀਂ ਅਸੀਂ ਇੰਨੇ ਦੁਖੀ ਹੋਏ ਇਹ ਸਾਨੂੰ ਦੇਖ ਕੇ ਕਰੋ ਪਟਵਾਰੀਆਂ ਸਿੱਧੇ ਹੋ ਜਾਣ ਤੁਸੀਂ ਦੇਖੋ ਥੋੜੇ ਜਿਹਾ ਸਾਡੇ ਬੱਚਿਆਂ ਦਾ ਕੰਮ ਆ ਜੀ ਹੁਣ ਬਾਹਰ ਦਾ ਕੀ ਕਰੀਏ ਜੀ ਤੁਹਾਨੂੰ ਦਾਖਲਾ ਨਹੀਂ ਮਿਲਣਾ ਬਾਹਰ ਦੀ ਕੋਈ ਨਹੀਂ ਹੋ ਜੂ ਹਫ਼ਤੇ ਹੀ ਕੰਮ ਹੋ ਜੂ ਹਾਂ ਜੀ ਮੈਡਮ ਨੂੰ ਬੁਲਾ ਲਓ ਸਲਮਾਨ ਖਰਦਾ ਕਿੱਥੇ ਗਿਆ ਮੈਂ ਕਹਿੰਦਾ ਵੀਰ ਸਲਮਾਨ ਕਰਦਾ ਆਹ ਜਾਂਦੇ ਆ ਬਸ
20 جانے 25 30 40 50 جنے ہونے آج ٹھیک ہے